ਤਨ ਜੀ ਵੇਖ ਤੇਰੇ ਸਰੀਰ ਨੂੰ ਜਰਾ ਜਿਹੜਾ ਬੁਢੇਪਾ ਹੈ ਉਸਨੇ ਜਿੱਤ ਲਿਆ ਹੈ ਕਾਲੀ ਹੂਫਨ ਤੌਲੇ ਆਏ ਇਸ ਪ੍ਰਕਾਰ ਤੌਲੇ ਆ ਗਏ ਹਨ ਦਾੜਾ ਚਿੱਟਾ ਹੋ ਗਿਆ ਸਿਰ ਦੇ ਕੇਸ ਚਿੱਟੇ ਹੋ ਗਏ ਹਨ ਪਉ ਨਾਨਕ ਭਜ ਹਰ ਮਨਾ ਹਜ਼ੂਰ ਕਹਿੰਦੇ ਹੈ ਮਨਾ ਹਰੀ ਦਾ ਭਜਨ ਕਰ ਜਾਪ ਕਰ ਔਗ ਜਾਤ ਹੈ ਵੀ ਤਕ ਛਿਲ ਛਿਲ ਔਦ ਬਿਹਾਤ ਹੈ ਬੂਟਾ ਘੜ ਜੋ ਪਾਣੀ ਔਦ ਜਾਤ ਹੈ ਬੀਤ ਤੇਰੀ ਜਿਹੜੀ ਔਦ ਉਮਰ ਹੈ ਬੀਤਦੀ ਜਾਂਦੀ ਹੈ ਛਿਲ ਛਿਲ ਮਾਤਰ ਦੇ ਸਮੇਂ ਕਰਕੇ ਦਿਨ ਤੇ ਪਹਿਰ ਪਹਿਰ ਤੇ ਘੜੀਆਂ ਆਪ ਘਟੈ ਤਨ ਛੀਜੈ ਕਾਲ ਅਹੇਰੀ ਫਿਰੈ ਬਦਕ ਜੋ ਕਹੋ ਕਬਰ ਵਿਧ ਕੀਜੈ ਸੋ ਦਿਨ ਆਵਣ ਲਾਗਾ ਮਾਤ ਪਿਤਾ ਭਾਈ ਸੁਤ ਬਨਤਾ ਕਹੋ ਕਉ ਹੈ ਕਾਕਾ ਉਹ ਦਿਨ ਤੇਰਾ ਨੇੜੇ ਆ ਰਿਹਾ ਹੈ ਉਮਰ ਬੀਤਦੀ ਜਾਂਦੀ ਹੈ ਭਜਨ ਕਰ ਲੈ ਨਿਰਧ ਭਇਓ ਸੂਜੈ ਨਹੀਂ ਏਦਾਂ ਕਰਦਿਆਂ ਕਰਦਿਆਂ ਜੀਵਨ ਸਾਰਾ ਲੰਘ ਜਾਂਦਾ ਹੈ ਜਿਵੇਂ ਕਈਆਂ ਨੂੰ ਕਹੀਏ ਕੇਸ ਰੱਖ ਲਓ ਉਹ ਦਾੜਾ ਰੱਖ ਲਓ ਕਹਿੰਦੇ ਜੀ ਕੇਸ ਰੱਖੇ ਕੇਵਲ ਦਾੜਾ ਹੀ ਘਟਾਇਆ ਤੇ ਦਾੜਾ ਖਾਲਸਾ ਜੀ ਕੇਸ ਨਹੀਂ ਹੋਰ ਕੀ ਹੈ ਸਿਰ ਦੇ ਕੇਸਾਂ ਨੂੰ ਕੇਸ ਸਮਝਦੇ ਆ ਦਾੜੇ ਦੇ ਕੇਸਾਂ ਨੂੰ ਕੇਸ ਹੀ ਨਹੀਂ ਸਮਝਦੇ ਸੋ ਸਾਹਿਬ ਸੰਗਤ ਜੀ ਵਿਅਰਥ ਸਮਾਂ ਗਵਾ ਲੈਂਦੇ ਹਨ ਕਹਿੰਦੇ ਬੁੱਢੇ ਹੋ ਕਰਕੇ ਬਜ਼ੁਰਗ ਬਣ ਕੇ ਕੇਸ ਰੱਖਾਂਗੇ ਫਿਰ ਦਾੜੀਆਂ ਰੱਖਾਂਗੇ ਫਿਰ ਸਿਰ ਦੇ ਕੇਸ ਅਸੀਂ ਰੱਖਣੇ ਆ ਹਜ਼ੂਰ ਕਹਿੰਦੇ ਵੇਖ ਲਾ ਬਿਰਧ ਭਇਓ ਤਰਨਾ ਪੋ ਇਓ ਹੀ ਗਇਓ ਜਿਹੜੇ ਜਵਾਨੀ ਦੀ ਅਵਸਥਾ ਹੈ ਐਵੇਂ ਚਲੀ ਗਈ ਬਿਰਧ ਭਇਓ ਸੂਜਾ ਨਹੀਂ ਬੁੜੇਪਾ ਆ ਗਿਆ ਬਿਰਧ ਅਵਸਥਾ ਆ ਗਈ ਹੁਣ ਸੁਝਦਾ ਨਹੀਂ ਕੁਝ ਦਿਸਦਾ ਨਹੀਂ ਅੱਖਾਂ ਨਾਲ ਕਾਲ ਪਹੁੰਚਿਓ ਆਣ ਫਿਰ ਖਾਲਸਾ ਜੀ ਬੁੱਢੇ ਹੋਣ ਤੋਂ ਬਾਅਦ ਵਿੱਚ ਹੋਰ ਤਾਂ ਕੁਝ ਨਹੀਂ ਹੁੰਦਾ ਫਿਰ ਤੇ ਕਾਲ ਹੀ ਆਉਂਦਾ ਬਚਪਨ ਦੇ ਵਿੱਚ ਹੁੰਦਾ ਹੈ ਕਿ ਜਵਾਨੀ ਆਉਣੀ ਹੈ ਤੇ ਜਵਾਨੀ ਤੋਂ ਬਾਅਦ ਖਾਲਸਾ ਜੀ ਬੁਢੇਪਾ ਆ ਜਾਂਦਾ ਹੈ ਤੇ ਬੁਢੇਪੇ ਤੋਂ ਬਾਅਦ ਤਾਂ ਫਿਰ ਮੌਤ ਹੀ ਆਉਣੀ ਹੁੰਦੀ ਹੈ ਬਿਰਧ ਹੋ ਗਿਆ ਹੈ ਦਿਸਦਾ ਨਹੀਂ ਤੇ ਅੰਤ ਨੂੰ ਕਾਲ ਆ ਕਰਕੇ ਪਹੁੰਚਿਓ ਪਹੁੰਚ ਗਿਆ ਪਾਸ ਮਾਰਨ ਲਈ ਉਹ ਨਾਨਕ ਨਰ ਬਾਵਰੇ ਹਜ਼ੂਰ ਕਹਿੰਦੇ ਹੈ ਕਮਲੇ ਮਨੁੱਖਾ ਹੇ ਬਾਬਰੇ ਪਾਗਲ ਦਾ ਨਾਮ ਹੈ ਕਮਲੇ ਦਾ ਝੱਲੇ ਦਾ ਇਹ ਝੱਲੇ ਪੁਰਸ਼ਾ ਉਹਨਾਂ ਭਜੈ ਭਗਵਾਨ ਤੂੰ ਕਿਉਂ ਨਹੀਂ ਭਜਨ ਕਰਦਾ ਜਿਹੜਾ ਖੱਟ ਭਗਵਾਨ ਸਪੰਨ ਹੈ ਸੋ ਭਗਵਾਨ ਵਾਹਿਗੁਰੂ ਜਿਹੜਾ ਸੱਚਾ ਪਾਤਸ਼ਾਹ ਉਹਦਾ ਕਿਉਂ ਨਹੀਂ ਭਜਨ ਕਰਦਾ ਤੇ ਭਗਵਾਨ ਭਾਗਾਂ ਵਾਲਾ ਤੂੰ ਬਣ ਜਾਵੇਗਾ ਸਗਲ ਧਨ ਜਿਹੜੀ ਜਿਹੜਾ ਰੋਕੜੀ ਧਨ ਹੈ ਤੇ ਦਾਰਾ ਜਿਹੜੀ ਇਸਤਰੀ ਹੈ ਤੇ ਸੰਪਤੀ ਜਿਹੜੇ ਹਾਥੀ ਘੋੜੇ ਆਦਿਕ ਹਨ ਘਰ ਘਾਟ ਹੈ ਅੱਜ ਕੱਲ੍ਹ ਦੇ ਜ਼ਮਾਨੇ ਮੁਤਾਬਕ ਖਾਲਸਾ ਦੀ ਗੱਡੀਆਂ ਮੋਟਰਾਂ ਜਿਹੜੀਆਂ ਹਨ ਸੋ ਇਹ ਜਿਹੜੀ ਸਾਰੀ ਸੰਪਤੀ ਹੈ ਜਿਨ ਆਪਣੀ ਕਰਮਾ ਜਿਸ ਨੂੰ ਆਪਣੇ ਮਨ ਦੇ ਵਿੱਚ ਤੂੰ ਆਪਣੀ ਕਰਕੇ ਜਾਣਦਾ ਹੈ ਇਹ ਸਤਿਗੁਰੂ ਜੀ ਕਹਿੰਦੇ ਤੇਰੀ ਨਹੀਂ ਹੈ ਅਥਵਾ ਜਿਨ ਨਾਮ ਹੁੰਦਾ ਮਤਾ ਦਾ ਇਹ ਧਨਦਾਰਾ ਸੰਪਤ ਸਗਲ ਜਿਹਨੇ ਆਪਣੀ ਕਰ ਮਾਨ ਮਤਾ ਇਹਨਾਂ ਨੂੰ ਆਪਣੀ ਕਰਕੇ ਮਨ ਜਿਨ ਮੈਂ ਕਛ ਸੰਗੀ ਨਹੀਂ ਇਹਨਾਂ ਵਿੱਚੋਂ ਕੁਝ ਵੀ ਤੇਰਾ ਸਾਥੀ ਨਹੀਂ ਹੈ ਨਾਨਕ ਸਾਚੀ ਜਾਣ ਹਜ਼ੂਰ ਕਹਿੰਦੇ ਸੱਚੀ ਸਿੱਖਿਆ ਹੈ ਸੱਚੀ ਗੱਲ ਜਾਣ ਲੈ ਪਤਿਤ ਉਧਾਰਨ ਭੈ ਹਰਨ ਪਾਪੀਆਂ ਦਾ ਉਧਾਰ ਕਰਨ ਵਾਲਾ ਤੇ ਸਾਰਿਆਂ ਡਰਾਂ ਨੂੰ ਮੇਟਣ ਵਾਲਾ ਨਾਸ਼ ਕਰਨ ਵਾਲਾ ਹਰ ਅਨਾਥ ਕੇ ਨਾਥ ਉਹ ਹਰੀ ਹੈ ਹਰੀ ਜੀ ਹਨ ਜਿਹੜੇ ਅਨਾਥਾਂ ਦੇ ਯਤੀਮਾਂ ਦੇ ਮਾਲਕ ਹਨ ਜਿਸਕਾ ਨਾ ਹੀ ਕੋਈ ਹੈ ਜਿਸਕਾ ਪ੍ਰਭੂ ਸੋਏ ਹੈ ਉਹ ਨਾਨਕ ਤੇ ਜਾਣੀ ਹੈ ਸਤਿਗੁਰੂ ਜੀ ਕਹਿੰਦੇ ਹੈ ਭਾਈ ਉਹ ਸੱਚੇ ਪਾਤਸ਼ਾਹ ਜੀ ਨੂੰ ਜਾਣ ਲਓ ਸਦਾ ਬਸਤ ਤੁਨ ਸਾਥ ਉਹ ਵਾਹਿਗੁਰੂ ਸਦਾ ਤੇਰੇ ਨਾਲ ਬਸਤ ਵਸਦਾ ਹੈ ਤੇਰੇ ਪਾਸ ਰਹਿੰਦਾ ਹਮੇਸ਼ਾ ਧਨ ਧਨ ਜੇ ਤੋ ਕੋ ਦਿਓ ਜਿਸ ਸੱਚੇ ਪਾਤਸ਼ਾਹ ਨੇ ਤੈਨੂੰ ਸਰੀਰ ਦਿੱਤਾ ਹੈ ਜਿਸ ਵਾਹਿਗੁਰੂ ਨੇ ਤੈਨੂੰ ਮਾਇਆ ਦਿੱਤੀ ਧਨ ਦਿੱਤਾ ਹੈ ਉਹਦੇ ਨਾਲ ਤੂੰ ਨੇਹ ਨਹੀਂ ਕੀਤਾ ਨੇਹ ਪ੍ਰੇਮ ਦਾ ਨਾਮ ਹੈ ਜਿਸ ਵਾਹਿਗੁਰੂ ਨੇ ਦਾਤਾਂ ਦਿੱਤੀਆਂ ਉਹਦੇ ਨਾਲ ਪ੍ਰੇਮ ਨਹੀਂ ਕੀਤਾ ਦਾਤ ਪਿਆਰ ਹੀ ਵਿਸਰਿਆ ਦਾਤਾਰਾ ਜਾਣਾ ਨਾ ਹੀ ਮਰਨ ਵਿਚਾਰਾ ਐਸੀ ਹਾਲਤ ਹੋ ਗਈ ਪੁਰਾਣੀ ਹੁਣ ਕਿਉਂ ਡੋਲਦਾ ਹੈ ਦੀਨ ਹੋਇਆ ਹੋਇਆ ਫਿਰਦਾ ਹੈ ਭਟਕਦਾ ਹੈ ਜੂਨਾ ਵਿੱਚ ਧਨ ਸੰਪੈ ਸੁਖ ਦਿਓ ਜੇ ਸੱਚੇ ਪਾਤਸ਼ਾਹ ਜੀ ਨੇ ਤਨ ਦਿੱਤਾ ਹੈ ਸਰੀਰ ਧਨ ਰੋਕੜੀ ਮਾਇਆ ਸੰਪੈ ਵਿਭੂਤੀ ਦਿੱਤੀ ਹੈ ਤੇ ਹੋਰ ਖਾਲਸਾ ਜੀ ਜੀਵਨ ਦੇ ਸੁੱਖ ਦਿੱਤੇ ਹਨ ਹਰ ਜੇ ਨੀਕੇ ਧਾਮ ਜਿਸ ਵਾਹਿਗੁਰੂ ਜੀ ਨੇ ਨੀਕੇ ਚੰਗੇ ਘਰ ਦਿੱਤੇ ਹੈ ਪਰਮੇਸ਼ਰ ਦੀ ਕਿਰਪਾ ਨਾਲ ਹੀ ਖਾਲਸਾ ਜੀ ਸਭ ਕੁਝ ਪ੍ਰਾਪਤ ਹੁੰਦਾ ਹੈ ਸਰੀਰ ਮਿਲਿਆ ਮਾਇਆ ਮਿਲੀ ਸੰਪੈ ਮਿਲੀ ਹੈ ਗੱਡੀਆਂ ਮੋਟਰਾਂ ਮਿਲੀਆਂ ਹਨ ਚੰਗੀਆਂ
ਹੋਰ ਸਾਰੇ ਸੁੱਖ ਦਿੱਤੇ ਆ ਤੇ ਚੰਗੇ ਚੰਗੇ ਸੱਜੇ ਪਾਤਸ਼ਾਹ ਨੇ ਘਰ ਦਿੱਤੇ ਰਹਿਣ ਲਈ। ਓ ਨਾਨਕ ਸੁਨਰੇ ਮਨਾ, ਸਤਿਗੁਰੂ ਜੀ ਕਹਿੰਦੇ ਹੈ ਮਨਾ ਸੁਣਨਾ ਕਰ ਹੈ ਜੀਵ ਸਿਮਰਤ ਕਾਹੇ ਨਾਰਾ, ਇਹਦੀਆਂ ਦਾਤਾਂ ਪਰਮੇਸ਼ਰ ਨੇ ਦਿੱਤੀਆਂ ਆ, ਤੂੰ ਕਿਉਂ ਨੀ ਸਿਮਰਨ ਕਰਦਾ ਰਾਮ ਦਾ, ਵਾਹਿਗੁਰੂ ਜੀ ਨੂੰ ਕਿਉਂ ਨੀ ਚੇਤੇ ਕਰਦਾ, ਇੰਨਾ ਬੇਸ਼ੁਕਰਾ ਕਿਉਂ ਹੋ ਰਿਹਾ ਤੂੰ? ਸਭ ਸੁਖ ਦਾਤਾ ਰਾਮ ਹੈ, ਸੁਖਾਂ ਦੀ ਭਾਲ ਵਾਸਤੇ ਕਦੇ ਕਿਤੇ ਜਾਣਾ ਕਦੇ ਕਿਤੇ ਜਾਣਾ ਹੈ, ਪਰ ਸਾਰਿਆਂ ਸੁਖਾਂ ਦਾ ਦਾਤਾ ਦਾ ਰਾਮ ਹੈ, ਰਮਿਆ ਹੋਇਆ ਪਰਮੇਸ਼ਰ ਨਾਹਨ ਕੋਈ, ਹੋਰ ਕੋਈ ਨਹੀਂ ਹੈ ਜਿਹੜਾ ਆਤਮਿਕ ਸੁੱਖ ਨੂੰ ਦੇ ਸਕੇ, ਸਾਡੇ ਹਿਰਦੇ ਨੂੰ ਸ਼ਾਂਤ ਕਰ ਸਕੇ, ਲੋਕ ਪ੍ਰਲੋਕ ਦੇ ਸੁੱਖ ਨੂੰ ਦੇ ਸਕੇ, ਹੋਰ ਕੋਈ ਨਹੀਂ ਹੈ ਰਾਮ ਤੋਂ ਬਿਨਾਂ, ਵਾਹਿਗੁਰੂ ਜੀ ਤੋਂ ਬਿਨਾਂ। ਓ ਨਾਨਕ ਸੁਣ ਰੇ ਮਨਾ, ਸਤਿਗੁਰੂ ਜੀ ਕਹਿੰਦੇ ਹੇ ਸੱਚੇ ਪਾਤਸ਼ਾਹ ਜੀ ਕਹਿੰਦੇ ਹੇ ਜੀਵ ਸੁਣਨਾ ਕਰ, ਹੇ ਮਨਾ ਸੁਣਨਾ ਕਰ, ਹੇ ਸਿਮਰਤ ਗਤ ਹੋਏ, ਤੂੰ ਉਸ ਦਾ ਸਿਮਰਨ ਕਰੇ ਤੇ ਗਤ ਹੋਏ, ਤੇਰੀ ਮੁਕਤੀ ਹੋ ਜਾਵੇਗੀ, ਕਲਿਆਣ ਹੋ ਜਾਵੇਗੀ। ਹੇ ਸਿਮਰਤ ਗਤ ਪਾਈ ਹੈ, ਜਿਸ ਸੱਚੇ ਪਾਤਸ਼ਾਹ ਜੀ ਦਾ ਸਿਮਰਨ ਕਰਨੇ ਕਰਕੇ, ਜਿਸ ਨੂੰ ਯਾਦ ਕਰਨੇ ਕਰਕੇ ਮੁਕਤੀ ਪਾਈ ਦੀ ਹੈ। ਹੇ ਭਜ ਰੇ ਤੈ ਮੀਤ, ਤਿਸਦਾ ਭਜਨ ਕਰ, ਜਿਸਦਾ ਭਜਨ ਕਰਨ ਨਾਲ ਤੂੰ ਮੁਕਤ ਹੋਣਾ ਹੈ। ਓ ਨਾਨਕ ਸੁਣ ਰੇ ਮਨਾ, ਗੁਰੂ ਕਹਿੰਦੇ ਹੈ ਮਨਾ ਹੈ ਜੀਵ ਸੁਣ ਲੈ ਧਿਆਨ ਨਾਲ, ਔਦ ਘਟਤ ਹੈ ਨੀਂਦ, ਦਿਨ ਬਾ ਦਿਨ ਹਰ ਰੋਜ਼ ਤੇਰੀ ਔਦ ਜਿਹੜੀ ਉਮਰ ਹੈ ਘਟਦੀ ਜਾਂਦੀ ਹੈ, ਸਵਾਸ ਘਟਦੇ ਜਾਂਦੇ ਹਨ। ਪੰਜ ਤੱਤ ਕੋ ਤਨ ਰਚਿਓ, ਇਹ ਜਿਹੜਾ ਸਰੀਰ ਹੈ ਆਪ ਤੇਜ ਬਾਏ ਪ੍ਰਿਥਵੀ ਆਕਾਸ਼, ਪੰਜਾਂ ਤੱਤਾਂ ਦਾ ਰਚਿਆ ਹੈ ਪਰਮੇਸ਼ਵਰ ਜੀ ਨੇ। ਜਾਣੋ ਚਤੁਰ ਸੁਜਾਨ, ਜਾਣਨਾ ਕਰ ਹੇ ਚਾਤੁਰ, ਹੇ ਸੁਜਾਨ ਸਿਆਣਿਆ, ਹੇ ਚਾਤੁਰ ਬਾਹਲੇ ਗੱਲੜੀ ਆ, ਗੱਲਾਂ ਚ ਕਿਸੇ ਨੂੰ ਵਾਰੇ ਨੀ ਆਉਣ ਦਿੰਦਾ, ਵਾਕਾਂ ਦੇ ਬੋਲਣ ਵਿੱਚ ਬੜਾ ਚਾਤੁਰ ਹੈ, ਤੇ ਗ੍ਰੰਥਾਂ ਦਾ ਅਧਿਐਨ ਕਰਕੇ ਸੁਜਾਨ ਸਿਆਣਾ ਵੀ ਬਣਿਆ ਹੋਇਆ ਹੈ। ਸੋ ਹੇ ਚਾਤੁਰ ਚਾਤੁਰਾ, ਸੋ ਜਾਨ ਉਸ ਨੂੰ ਜਾਣਨ ਵਾਲਾ ਜਾਣ, ਸੋ ਜਾਨ ਇਸ ਗੱਲ ਨੂੰ ਜਾਣ ਲੈ ਕਿ ਪੰਜ ਤੱਤ ਕੋ ਤਨ ਰਚਿਓ, ਪੰਜਾਂ ਤੱਤਾਂ ਦਾ ਇਹ ਸਰੀਰ ਬਣਾਇਆ ਹੈ ਪਰਮੇਸ਼ਵਰ ਜੀ ਨੇ। ਜੇ ਤੇ ਉਪਜਿਓ ਨਾਨਕਾ, ਜਿਸ ਵਾਹਿਗੁਰੂ ਜੀ ਤੋਂ ਇਹ ਸਰੀਰ ਪੈਦਾ ਹੋਇਆ ਹੈ, ਲੀਨ ਤਾਹੇ ਮਹਿਮਾ, ਹਜ਼ੂਰ ਕਹਿੰਦੇ ਅੰਤ ਨੂੰ ਉਸੇ ਵਿੱਚ ਲੀਨ ਹੋ ਜਾਵੇਗਾ, ਮਨ ਲੈਣਾ ਕਰ ਇਸ ਗੱਲ ਨੂੰ, ਅਥਵਾ ਜਿੰਨਾ ਪੰਜਾਂ ਤੱਤਾਂ ਤੋਂ ਦੇਹ ਉਪਜੀ ਹੈ ਤੇ ਉਹਨਾਂ ਤੱਤਾਂ ਦੇ ਵਿੱਚ ਦੇਹ ਜਿਹੜੀ ਹੈ ਦੁਬਾਰਾ ਮਿਲ ਜਾਵੇਗੀ, ਮਾਟੀ ਮਾਟੀ ਹੋਈ ਏਕ, ਰੋਵਨ ਹਾਰੇ ਕੀ ਕਵਨ ਟੇਕ, ਪਵਨੈ ਮੈਂ ਪਵਨ ਸਮਾਇਆ, ਜੋਤੀ ਮੈਂ ਜੋਤ ਰਲ ਜਾਇਆ, ਮਾਟੀ ਮਾਟੀ ਹੋਈ ਏਕ, ਰੋਵਨ ਹਾਰੇ ਕੀ ਕਵਨ ਟੇਕ, ਇਸ ਪ੍ਰਕਾਰ ਤੱਤਾਂ ਵਿੱਚ ਤੱਤ ਮਿਲ ਜਾਣਗੇ, ਦੇਹ ਖਤਮ ਹੋ ਜਾਵੇਗੀ, ਤੱਤ ਖਿੰਡ ਜਾਣਗੇ ਜਦੋਂ ਘੱਟ ਘੱਟ ਮੈਂ ਹਰ ਜੂ ਵਸੈ, ਘੱਟ ਘੱਟ ਵਿੱਚ ਹਰ ਇੱਕ ਦੇ ਸਰੀਰ ਵਿੱਚ, ਘੜਾਂ ਹਿਰਦਿਆਂ ਹਿਰਦਿਆਂ ਵਿੱਚ ਹਰੀ ਜੀ ਵੱਸਦੇ ਹੈ। ਸੰਤਨ ਕਿਹੋ ਪੁਕਾਰ, ਸੰਤਾਂ ਨੇ ਪੁਕਾਰ ਕੇ ਕਹੀ ਹੈ, ਸੰਤ ਗੁਰੂ ਨਾਨਕ ਸਾਹਿਬ ਜੀ, ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ, ਦਸ ਪਾਤਸ਼ਾਹੀਆਂ ਸੰਤ, ਔਰ ਬਾਬਾ ਬੁੱਢਾ ਸਾਹਿਬ ਜੀ, ਭਾਈ ਗੁਰਦਾਸ ਸਾਹਿਬ ਜੀ, ਭਾਈ ਸ਼ਾਲੋ ਜੀ ਵਰਗੇ ਬੇਅੰਤ ਜਿਹੜੇ ਸੰਤ ਹੈ, ਉਹਨਾਂ ਨੇ ਪੁਕਾਰ ਕਰਕੇ ਗੱਲ ਕਹੀ ਹੈ, ਬੜੀ ਉੱਚੀ ਪੁਕਾਰ ਕੇ, ਵੰਗਾਰ ਕਰਕੇ ਲੋਕਾਂ ਨੂੰ ਕਿਹਾ ਹੈ ਉੱਚੀ ਸੁਣਾ ਕੇ। ਓ ਨਾਨਕ ਤੇ ਭਜ ਮਨਾ, ਹਜ਼ੂਰ ਕਹਿੰਦੇ ਹੈ ਮਨਾ ਉਸ ਦਾ ਭਜਨ ਕਰ, ਓ ਨਿਦ ਉਤਰੈ ਪਾਰ, ਦਰ ਦਾ ਨਿਦ ਖਜ਼ਾਨਾ ਹੈ ਨਾ ਸਮੁੰਦਰ ਸੰਸਾਰ, ਇਹਦੇ ਤੋਂ ਤੂੰ ਪਾਰ ਹੋ ਜਾਵੇਗਾ, ਪਾਰ ਉਤਰ ਜਾਵੇਗਾ, ਦੁੱਖ ਸੁੱਖ ਜੇ ਵਰਸੈ ਨਹੀਂ। ਸੋ ਬੇਨਤੀ ਕੀਤੀ ਸੱਚੇ ਪਾਤਸ਼ਾਹ, ਕਹਿ ਦਿੱਤਾ ਜਾਂਦਾ ਕਿ ਫਲਾਣਾ ਤੇ ਰੱਬ ਦਾ ਹੀ ਰੂਪ ਹੈ, ਮਹਾਰਾਜ ਅਸਲ ਵਿੱਚ ਰੱਬ ਦਾ ਸਰੂਪ ਕੀ ਹੈ? ਹਜ਼ੂਰ ਕਹਿੰਦੇ ਜਿਸ ਨੂੰ ਦੁੱਖ ਸੁੱਖ ਨਹੀਂ ਕਿਸੇ ਪ੍ਰਕਾਰ ਦਾ ਪਰਸਦਾ ਲੱਗਦਾ, ਜਿਹੜਾ ਦੁੱਖਾਂ ਸੁੱਖਾਂ ਤੋਂ ਰਹਿਤ ਹੈ, ਔਰ ਜਿਸ ਤੇ ਉਹਦੀ ਕਿਰਪਾ ਹੋ ਜਾਵੇ, ਜੋ ਨਾ ਦੁੱਖ ਮੈਂ ਦੁੱਖ ਨਹੀਂ ਮੰਨੈ, ਸੋ ਸੋਖ ਸੁਨੇਹ ਔਰ ਭੈ ਨਹੀਂ ਜਾਗ ਹੈ, ਕੰਚਨ ਮਾਟੀ ਮੰਨੈ, ਲੋਭ ਮੋਹ ਅਭਿਮਾਨ, ਜਿਸ ਦੇ ਹਿਰਦੇ ਵਿੱਚ ਲੋਭ ਲਾਲਚ ਨਹੀਂ, ਨਾ ਕਿਸੇ ਦਾ ਮੋਹ ਹੈ ਤੇ ਨਾ ਹੰਕਾਰ ਹੈ, ਸੋ ਨਾਨਕ ਸੁਣ ਰੇ ਮਨਾ, ਹਜ਼ੂਰ ਕਹਿੰਦੇ ਹੈ ਮਨਾ ਸੁਣਨਾ ਕਰ, ਸੋ ਮੂਰਤ ਭਗਵਾਨ, ਉਹ ਅਸਲ ਵਿੱਚ ਭਗਵਾਨ ਦਾ ਸਰੂਪ ਹੁੰਦਾ ਹੈ, ਜਿਹੜਾ ਦੁੱਖਾਂ ਸੁੱਖਾਂ ਤੋਂ ਉੱਪਰ ਉੱਠ ਪਵੇ, ਦੁੱਖ ਵੇਲੇ ਪੁਕਾਰਾ ਨਾ ਕਰੇ ਤੇ ਸੁੱਖ ਵੇਲੇ ਖਾਲਸਾ ਜੀ ਬਾਹਲੀਆਂ ਖੁਸ਼ੀਆਂ ਨਾ ਮਨਾਵੇ, ਜਿਹੜਾ ਦੁੱਖ ਸੁੱਖ ਦੇ ਵਿੱਚ ਬਰਾਬਰ ਰਹਿੰਦਾ ਹੈ, ਦੁੱਖ ਸੁੱਖ ਜਿਸ ਨੂੰ ਸਪਰਸ਼ ਹੀ ਨਹੀਂ ਕਰਦੇ, ਜਿਹੜਾ ਲਾਲਚ ਨਹੀਂ ਕਦੇ ਕਰਦਾ, ਨਾ ਕਿਸੇ ਚੀਜ਼ ਦਾ ਮੋਹ ਕਰਦਾ, ਤੇ ਨਾ ਜਿਸ ਦੇ ਮਨ ਵਿੱਚ ਕੋਈ ਹੰਕਾਰ ਹੋਵੇ, ਹਉਮੈ ਹੋਵੇ, ਉਹ ਭਗਵਾਨ ਦਾ ਸਰੂਪ ਹੈ, ਜਾਣਨਾ ਕਰ। ਉਸਤਤ ਨਿੰਦਿਆ ਨਾਹੀ ਜੇ, ਪੁੱਛਿਆ ਸੱਚੇ ਪਾਤਸ਼ਾਹ ਮੁਕਤ ਪੁਰਸ਼ ਕੌਣ ਹੁੰਦਾ ਹੈ? ਹਜ਼ੂਰ ਕਹਿੰਦੇ ਜਿਹੜਾ ਭਈ ਉਸਤਤ ਕਰਾਉਣ ਦੀ ਇੱਛਾ ਨਹੀਂ ਰੱਖਦਾ ਤੇ ਨਿੰਦਿਆ ਤੋਂ ਸੰਕੋਚਦਾ ਨਹੀਂ, ਡਰਦਾ ਨਹੀਂ, ਜਿਹੜਾ ਕੰਚਨ ਲੋਹ